अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। जे तू तुठा कृपा निधान ना बुझावे खाल एहा पाई दत्तगी नित हृदय रखा समाल। एहा पाई दतड़ी नित हृदय रखा जी।
दुख सहज
जिथे मेरा सतपुर बैठाए जिथे मेरा सतपुर बैठाए से चंद भए हरियाणे से चंद सतगुरु बैठाए
ठाकुर मेलो दया करे, दया कर हर सतगुरु I'm not afraid.
मनजूर गुरु गोविंद सिंह गुरु
मनसूर गुरु गोविंद सिंह इसकी मनसूर गुरु गोविंद सिंह 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 नासरो मनसूर गुरु गोविंद सिंह इसकी मनसूर गुरु गोविंद सिंह नासरो मनसूर गुरु गोविंद सिंह इसकी मनसूर गुरु Thank you.
सिंह बेबिसारा यार गुरु गोबिंद सिंह साहब जी रहमत कर कृपा कर सबना संगतां दीआं हाजरियां दिल फुल पिटावां अपने दर ते पुरान कर जी सबना दा गावया सुनिया सफल कर गुरु रूप साध सिंह जी आप जी नूं बेंत बेंत दाईआं हन कलगीधर पातशाह दा आगमन पुरब मना रहे हां सो बेनती है आप जी दे चरणां विच जिन्हां गुरां दे असी पुरब मनाते हाँ उन्होंने बचन भी मनीए हर साल असी पुरब मनाते हाँ कलगीधर पातशाह का जो बचन सी हर सिख नूं बाणी ते बाणी का धारनी बनना खंडे पाठे की पाल छक के कलगीधर पातशाह के परिवार के मैंबर बनना ये पुरब साढ़े मनाए तो ही सफल हैं जे असी सतगुरां के बचन मन के अपने हिरदे दे विच कमा लिए जिथे असी होर खर्चे करते हाँ हर साल ये टेंट लगते हैं लंगर छकते हाँ सतगुरां के सीस भी चुकाते हाँ माया भी देंदे हाँ इत्यादि होर बेअंत ही सेवावां करते हाँ पर जो असली बचन से सतगुरां के पातशाह का ये बाणी ते बाणी का धानी बनना खंडे बाटे की पहुँच चक के मुबारक है उन्होंने जिन्होंने अमृत पान कर लिया है ते जिहड़े रह गए हैं मेरे वीर उन्होंने चरणों में बेनती है सतगुरु जी उन्होंने सारे रहमत कर
ਉਹ ਵੀ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਸਿੱਖ ਬਣ ਜਾਣ, ਅਤੇ ਜਿਨ੍ਹਾਂ ਨੇ ਅੰਮ੍ਰਿਤਪਾਨ ਕਰ ਲਿਆ ਹੈ ਫਿਰ ਉਹਨਾਂ ਦੀ ਡਿਊਟੀ ਬਣਦੀ ਹੈ, ਉਹਨਾਂ ਦਾ ਫਰਜ਼ ਬਣਦਾ ਹੈ। ਜਿਹੜੇ ਸਤਿਗੁਰੂ ਤੋਂ ਟੁੱਟੇ ਪਏ ਹਨ, ਦੂਰ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਰ ਤੱਤ ਦੱਸ ਕੇ ਉਹਨਾਂ ਨੂੰ ਵੀ ਸਤਿਗੁਰਾਂ ਦੇ ਪਾਸ ਬੈਠਣ ਯੋਗ ਬਣਾਉਣਾ ਹੈ, ਇਹ ਸਾਡੀ ਸਾਰਿਆਂ ਦੀ ਹੀ ਡਿਊਟੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਦਿੱਤਾ ਹੋਇਆ ਸਮਾਂ ਸਮਾਪਤ ਹੈ। ਗੁਰਬਾਣੀ ਕੀਰਤਨ ਦੁਆਰਾ ਆਪ ਜੀ ਦੀ ਸੇਵਾ ਕੀਤੀ ਹੈ, ਰਾਤ ਦੇ ਦੀਵਾਨਾਂ ਵਿੱਚ ਵੀ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਪ੍ਰਬੰਧਕ ਵੀਰਾਂ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਆਪ ਜੀ ਦੀ ਸੇਵਾ ਕਰਾਂਗੇ। ਸੋ ਕੀਰਤਨ ਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਦਰਬਾਰ ਸਾਹਿਬ। ਆਪਨੇ ਵੇਖਿਆ ਸਾਧ ਸੰਗਤ, ਭਾਈ ਸਾਹਿਬ ਦੀ ਆਵਾਜ਼ ਦੇ ਵਿੱਚ ਕਿਤੇ ਖਿੱਚ ਹੈ, ਬਹੁਤ ਹੀ ਸੁਰੀਲਾ ਕੰਠ। ਮਨ ਤਾਂ ਨਹੀਂ ਸੀ ਪਰ ਸਮੇਂ ਦੀ ਚਾਲ, ਸਾਡੀ ਮਜਬੂਰੀ। ਇੱਕ ਵਾਰ ਫਿਰ ਰਾਤ ਦੇ ਦੀਵਾਨ ਦੇ ਵਿੱਚ ਵੀ ਭਾਈ ਸਾਹਿਬ ਹਾਜ਼ਰੀ ਭਰਨਗੇ, ਜਿੱਥੇ ਭਾਈ ਸਾਹਿਬ ਦਾ ਧੰਨਵਾਦ ਔਰ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਜੋਦੜੀ। ਕਿਉਂਕਿ ਸਾਧ ਸੰਗਤ ਜੱਥਾ ਕੰਪਲੀਟ ਤਾਂ ਹੀ ਹੁੰਦਾ ਹੈ ਜੇ ਨਾਲ ਦਾ ਸਾਥੀ ਅਤੇ ਤਬਲਾ ਵਾਦਕ ਪੂਰਾ ਜਿਹੜਾ ਮੇਨ ਬੰਦਾ ਹੈ ਉਹਦਾ ਸਾਥ ਦੇਵੇ। ਭਾਈ ਸਾਹਿਬ ਦੀ ਉੱਤੇ ਅਪਾਰ ਕਿਰਪਾ ਗੁਰੂ ਮਹਾਰਾਜ ਦੀ ਕਿ ਇਹਨਾਂ ਨੂੰ ਨਾਲ ਦੇ ਸਾਥੀ ਜਿਨ੍ਹਾਂ ਨੇ ਬਹੁਤ ਹੀ ਸੁਰੀਲੇ ਕੰਠ ਦੇ ਨਾਲ ਅਲਾਪ ਲਿੱਤੇ, ਬਹੁਤ ਹੀ ਸੁਣਨ ਦੇ ਵਿੱਚ ਮਨ ਜੁੜਿਆ, ਔਰ ਨਾਲ ਤਬਲਾ ਵਾਦਕ। ਮੈਂ ਵਧਾਈ ਦੇਣਾ ਇਹਨਾਂ ਦੋਨਾਂ ਵੀਰਾਂ ਨੂੰ ਵੀ, ਔਰ ਇਹਨਾਂ ਦੇ ਲਈ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਜੋਦੜੀ। ਗੁਰੂ ਸਾਹਿਬ ਕਿਰਪਾ ਕਰਨ ਇਸ ਪੂਰੇ ਜੱਥੇ ਦੇ ਉੱਤੇ, ਇਸੇ ਤਰੀਕੇ ਦੇ ਨਾਲ ਗੁਰਬਾਣੀ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੀ ਰੱਖਣ, ਗੁਰੂ ਪਾਤਸ਼ਾਹ ਇਹਨਾਂ ਨੂੰ ਸਿਹਤਯਾਬੀਆਂ ਬਖਸ਼ਣ। ਮੈਂ ਹਲਦਵਾਨੀ ਸਮੂਹ ਸਾਧ ਸੰਗਤ ਵੱਲੋਂ ਜਿੱਥੇ ਭਾਈ ਸਾਹਿਬ ਜੀ ਨੂੰ ਜੀ ਆਇਆ ਕਹਿਣਾ, ਉੱਥੇ ਪੂਰੀ ਹਲਦਵਾਨੀ ਸੰਗਤ ਵੱਲੋਂ, ਇਲਾਕਾ ਨਿਵਾਸੀਆਂ ਵੱਲੋਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਗੁਰੂ ਚਰਨਾਂ ਨਾਲ ਜੋੜਨ ਦੀ ਪ੍ਰੇਰਣਾ ਕੀਤੀ ਹੈ। ਇੱਕ ਵਾਰ ਰਾਤ ਦੇ ਦੀਵਾਨ ਦੇ ਵਿੱਚ ਫਿਰ ਹਾਜ਼ਰ ਹੋਣਗੇ ਅਤੇ ਸਾਨੂੰ ਮਨੋਹਰ ਕੀਰਤਨ ਸਮਣ ਕਰਵਾ ਕੇ ਗੁਰੂ ਦੇ ਚਰਨਾਂ ਨਾਲ ਜੋੜਨਗੇ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜਿੱਥੇ ਅਨੇਕਾਂ ਹੀ ਤਰੀਕੇ ਦੇ ਨਾਲ ਆਪ ਸਮੂਹ ਸੰਗਤਾਂ ਨੇ ਗੁਰੂ ਪਾਤਸ਼ਾਹ ਦੀ ਸੇਵਾਵਾਂ ਕੀਤੀਆਂ ਨੇ, ਰਸਦ ਰਾਹੀਂ, ਮਾਇਆ ਦੇ ਰਾਹੀਂ, ਹੋਰ ਵੀ ਬੇਅੰਤ ਸੇਵਾਵਾਂ, ਹੱਥੀ ਸੇਵਾ ਕੀਤੀਆਂ ਨੇ। ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ। ਵਿਸ਼ਾਲ ਟਰਾਂਸਪੋਰਟ ਸਰਦਾਰ ਵਰਿਆਮ ਸਿੰਘ ਜੀ ਵੱਲੋਂ 1 ਕੁਇੰਟਲ ਅਚਾਰ ਦੀ ਸੇਵਾ ਹੋਈ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਪਾਤਸ਼ਾਹ ਆਪਣੇ ਨਾਲ ਜੋੜੀ ਰੱਖਣ ਅਤੇ ਇਸੇ ਤਰੀਕੇ ਨਾਲ ਸੇਵਾਵਾਂ ਲੈਂਦੇ ਰਹਿਣ। ਸਾਧ ਸੰਗਤ, ਹੁਣ 5:30 ਵਜੇ ਰਹਿਰਾਸਾ ਦਾ ਪਾਠ ਜਿਹੜਾ ਸ਼ੁਰੂ ਹੋਵੇਗਾ, ਉਸ ਤੋਂ ਬਾਅਦ ਬਾਲ ਕਵੀ ਦਰਬਾਰ ਹੋਵੇਗਾ ਜਿਹਦੇ ਬੱਚੇ ਛੋਟੇ ਛੋਟੇ ਆਪਣੀ ਕਵਿਤਾਵਾਂ ਸ਼ਬਦ ਰਾਹੀਂ ਨਿਹਾਲ ਕਰਨਗੇ। ਮੈਂ ਬੇਨਤੀ ਕਰਾਂਗਾ ਉਹਨਾਂ ਬੱਚਿਆਂ ਨੂੰ ਕਿ ਉਹ ਕਿਰਪਾ ਕਰਕੇ ਇਸ ਬਾਲ ਕਵੀ ਦਰਬਾਰ ਦੇ ਇੰਚਾਰਜ ਬਸੰਤ ਸਿੰਘ ਜੀ ਅਤੇ ਨਾਲ ਹੀ ਸਾਡੇ ਰਾਗੀ ਸਾਹਿਬ ਪਰਮਜੀਤ ਸਿੰਘ ਜੀ ਤਰਾਨਾ ਜੀ ਅਤੇ ਪ੍ਰਚਾਰਕ ਮਨਦੀਪ ਸਿੰਘ ਜੀ ਪਾਸ ਆਪਣੇ ਨਾਂ ਨੋਟ ਕਰਾਉਣ। ਉਹ ਉੱਥੇ ਬੱਚੇ ਆਪਣੀ ਕਥਾ ਕਵਿਤਾ ਨਾਲ ਔਰ ਸ਼ਬਦਾਂ ਰਾਹੀਂ ਨਿਹਾਲ ਕਰਨਗੇ ਅਤੇ ਉਹਨਾਂ ਨੂੰ ਇਨਾਮ ਵੀ ਮਿਲੇਗਾ।
ਇਹਦੇ ਨਾਲ ਹੀ ਸਤ ਸੰਗਤ ਸ਼ਾਮ ਦੇ ਦੀਵਾਨ ਦੇ ਵਿੱਚ ਜਿਹੜੀ ਸਟਾਲ ਰਾਹੀਂ ਸੇਵਾ ਹੋਣੀ ਹੈ। ਮੈਂ ਬੇਨਤੀ ਕਰਾਂਗਾ ਸਮੂਹ ਸਤ ਸੰਗਤ ਦੇ ਅੱਗੇ ਕਿ ਆਪ ਜੀ ਲੰਗਰ ਦੀ ਚਿੰਤਾ ਨਾ ਕਰਨਾ, ਸਮੂਹ ਸੰਗਤਾਂ ਨੇ ਪਰਿਵਾਰਾਂ ਨੇ ਇਸ ਚੀਜ਼ ਦਾ ਇੰਤਜ਼ਾਮ ਕੀਤਾ ਹੈ, ਸ਼ਾਮ ਨੂੰ ਸਟਾਲ ਰਾਹੀਂ ਲੰਗਰ ਦੀ ਸੇਵਾਵਾਂ ਇੱਥੇ ਹੀ ਥੱਲੇ ਹੋਣਗੀਆਂ, ਤੋ ਆਪ ਜੀ ਨੇ ਸਮੇਂ ਸਿਰ ਪਹੁੰਚਣਾ ਹੈ। ਇਹ ਪੁਰਜ਼ੋਰ ਬੇਨਤੀ ਦੱਸ ਦੀ ਕਿਉਂਕਿ ਸਤ ਸੰਗਤ ਇਹ ਸਮਾਂ ਫਿਰ ਦੁਬਾਰਾ ਨਹੀਂ ਆਉਣਾ। ਸਾਲ ਦੇ ਵਿੱਚ ਇੱਕ ਵਾਰ ਗੁਰਪੁਰਬ ਆਉਂਦਾ ਹੈ ਅਤੇ ਸਾਡੇ ਮਹਾਨ ਇਹ ਕਰਮ ਨੇ ਸਾਡਾ ਬੜਾ ਇੱਕ ਤਰੀਕੇ ਦੇ ਨਾਲ ਸੁਭਾਗ ਹੀ ਹੈ ਕਿ ਇਤਨੇ ਵੱਡੇ ਪ੍ਰਚਾਰਕ, ਕਥਾਵਾਚਕ ਔਰ ਦਰਬਾਰ ਸਾਹਿਬ ਨਗਰੀ ਤੋਂ ਸਾਡੇ ਪਾਸ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਆਉਣ ਅਤੇ ਅਸੀਂ ਘਰਾਂ ਦੇ ਵਿੱਚ ਹੀ ਬੈਠੇ ਰਹੀਏ। ਸੋ ਮੇਰੀ ਇਹ ਬੇਨਤੀ ਹੈ ਕਿ ਆਪ ਜੀ ਨੇ ਸਮੇਂ ਸਿਰ ਇੱਥੇ ਪਹੁੰਚਣਾ ਹੈ ਅਤੇ ਜਦ ਹਾਲ ਇੱਥੇ ਭਰਾ ਹੋਵੇਗਾ, ਕਥਾਵਾਚਕ ਰਾਗੀ ਸਿੰਘ ਔਰ ਕਵੀ ਸਾਹਿਬ ਦਾ ਵੀ ਉਤਸ਼ਾਹ ਦੇ ਨਾਲ ਮਨ ਉੱਠੇਗਾ ਅਤੇ ਉਹ ਸਾਨੂੰ ਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਆਓ ਹੁਣ ਸਾਧ ਸੰਗਤ ਭਾਈ ਸਾਹਿਬ ਆਨੰਦ ਸਾਹਿਬ ਪੜ੍ਹਨਗੇ, ਉਸ ਤੋਂ ਬਾਅਦ ਅਰਦਾਸ, ਹੁਕਮਨਾਮਾ ਅਤੇ ਸੁਖਾਸਨ ਨਹੀਂ ਹੋਵੇਗਾ। ਇੱਥੇ ਹੀ ਜਿਹੜੇ ਭਾਈ ਸਾਹਿਬ ਹਨ, ਸੇਵਾਦਾਰ ਹਨ, ਉਹ ਗੁਰੂ ਸਾਹਿਬ ਦੀ ਸੇਵਾ ਕਰਨਗੇ। ਸੁਖਾਸਨ ਇਕੱਠਾ ਹੀ ਰਾਤ ਨੂੰ ਹੋਵੇਗਾ ਕਿਉਂਕਿ ਸਾਡੇ ਪਾਸ ਫਿਰ ਵਿਚਕਾਰ ਟਾਈਮ ਨਹੀਂ ਹੈ ਜੋ ਸੁਖਾਸਨ ਕਰਕੇ ਮਹਾਰਾਜ ਦੀ ਸਵਾਰੀ ਨੂੰ ਉੱਪਰ ਲੈ ਕੇ ਜਾਈਏ, ਫਿਰ ਦੁਬਾਰਾ ਪ੍ਰਕਾਸ਼ ਕਰੀਏ। ਸਾਢੇ ਪੰਜ ਦੀਵਾਨ ਦੁਬਾਰਾ ਤੋਂ ਸ਼ੁਰੂ ਹੋਵੇਗਾ। ਸੋ ਆਓ ਹੁਣ ਭਾਈ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਅਨੰਦ ਸਾਹਿਬ ਦਾ ਪਾਠ ਕਰਨ। ਸਮੂਹ ਪ੍ਰੋਗਰਾਮ ਦੇ ਹੋਈਆਂ ਹੁਣ ਤਾਂ ਖਿਮਾ ਮੰਗਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ, ਉਸ ਤੋਂ ਬਾਅਦ ਅਰਦਾਸ ਤੋਂ ਬਾਅਦ 2 ਮਿੰਟ ਵਾਸਤੇ ਮੇਰੇ ਹਰਿੰਦਰ ਸਿੰਘ ਜੀ ਵੀਰ ਜੀ ਉਹ ਆਪ ਜੀ ਨਾਲ ਬੇਨਤੀਆਂ ਕਰਨਗੇ। ਆਓ ਹੁਣ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਭਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬਾ। ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸਾਸ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਤੂੰ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪਾਰ ਪਰਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀ ਕਹਿਤੇ ਪਵਿੱਤ, ਸਤਿਗੁਰਿਆ ਭਰਪੂਰ
पूरे बलवंत नानक गुर चरण लागे वाजे अनहद तूरे सुनते पुनीत कहते पवित्र सतगुर आपर पूरे बिनवंत नानक गुर चरण लगे वजे अनहद तूरे। वाहिगुरु जी का खालसा वाहिगुरु जी की फतेह। तू बोले सोने हाल अकाल चैनल नू सब्सक्राइब करो नवी वीडियोस दी नोटिफिकेशन दे ले बेल आइकन नू क्लिक करना ना भूलना।